ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਆਫੀਸ਼ੀਅਲ ਯੂਟਿਊਬ ਚੈਨਲ 'ਤੇ। ਅਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਅਪਡੇਟ ਲੈ ਕੇ ਆਇਆ ਜੀ, ਜੋ ਕਿ ਪੰਜਾਬ ਮਗਰੇਗਾ ਭਰਤੀ ਦਾ, ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਵੇਕੈਂਸੀਜ਼ ਕਿਹੜੀਆਂ ਕਿਹੜੀਆਂ ਨੇ, ਕੌਣ ਕੌਣ ਇਹਦੇ ਲਈ ਅਪਲਾਈ ਕਰ ਸਕਦਾ, ਐਲੀਜੀਬਿਲਿਟੀ ਕੀ ਹੈ, ਪੂਰੀ ਜਾਣਕਾਰੀ ਮੈਂ ਅੱਜ ਦੀ ਵੀਡੀਓ 'ਚ ਤੁਹਾਨੂੰ ਦੇਵਾਂਗਾ। ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਅਤੇ ਫਸਟ ਟਾਈਮ ਚੈਨਲ 'ਤੇ ਆਏ ਹੋ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦੇ ਨਾਲ ਬੈੱਲ ਆਈਕਨ ਵੀ ਦਬਾ ਲਿਓ, ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ। ਵੇਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਬਹੁਤ ਸਾਰੀਆਂ ਵੇਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ। ਲੇਟੈਸਟ ਜਿੰਨੀਆਂ ਵੀ ਵੇਕੈਂਸੀਜ਼ ਹੁੰਦੀਆਂ ਨੇ, ਹਰ ਤਰ੍ਹਾਂ ਦੀਆਂ ਵੇਕੈਂਸੀਜ਼ ਨੂੰ ਸਭ ਤੋਂ ਪਹਿਲਾਂ ਪਾਉਣ ਦੇ ਲਈ ਸਿੰਪਲੀ ਤੁਸੀਂ ਕੀ ਕਰਨਾ ਜੀ, ਗੂਗਲ 'ਚ ਜਾਣਾ ਔਰ ਉੱਥੇ ਜਾ ਕੇ ਤੁਸੀਂ ਟਾਈਪ ਕਰਨਾ ਹੋਵੇਗਾ www.meetacademy.in, ਅਤੇ ਫਸਟ ਨੰਬਰ 'ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਉਹ ਮਿਲ ਜਾਵੇਗੀ। ਉੱਥੋਂ ਤੁਸੀਂ ਸਾਰੇ ਜੋਬ ਰਿਲੇਟਡ ਅਪਡੇਟ ਜਿਹੜੇ ਨੇ ਉਹ ਲੈ ਸਕਦੇ ਹੋ ਅਤੇ ਚੈੱਕ ਕਰਕੇ ਅਪਲਾਈ ਜਿਹੜਾ ਹੈ ਉਹ ਕਰ ਸਕਦੇ ਹੋ ਜੀ। ਅਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ, ਅਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਇਹ ਨੋਟੀਫਿਕੇਸ਼ਨ ਦੇ ਬਾਰੇ ਵਿੱਚ। ਇਹ ਮਗਰੇਗਾ ਦਾ ਨੋਟੀਫਿਕੇਸ਼ਨ ਰਹੇਗਾ, ਜਿਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲੋਇਮੈਂਟ ਗਰੰਟੀ ਐਕਟ ਦੇ ਅੰਡਰ ਹੈ, ਜਿਸ ਵਿੱਚ ਆਫਲਾਈਨ ਅਤੇ ਆਨਲਾਈਨ ਤੁਸੀਂ ਅਪਲਾਈ ਕਰਨਾ ਹੋਵੇਗਾ। ਇਹ ਨੋਟੀਫਿਕੇਸ਼ਨ ਹਰ ਸਾਲ ਜਿਹੜਾ ਹੈ ਪੰਜਾਬ ਦੀ ਕੈਂਡੀਡੇਟ ਲਈ ਆਊਟ ਹੁੰਦਾ ਹੈ, ਕਿਹੜੀ ਕਿਹੜੀ ਵੇਕੈਂਸੀਜ਼ ਆਊਟ ਹੁੰਦੀਆਂ ਨੇ ਉਹਦੇ ਬਾਰੇ ਵਿੱਚ ਆਪਾਂ ਗੱਲ ਕਰਾਂਗੇ। ਇਸ ਦੇ ਸਭ ਤੋਂ ਪਹਿਲਾਂ ਵੇਕੈਂਸੀਜ਼ ਦੀ ਗੱਲ ਕਰ ਲੈਂਦੇ ਹਾਂ ਜੀ। ਇਹ ਤੁਸੀਂ ਦੇਖ ਪਾ ਰਹੇ ਹੋ ਸਭ ਤੋਂ ਪਹਿਲਾਂ ਜਿਹੜੀ ਵੇਕੈਂਸੀ ਹੈ ਜੀ ਟੈਕਨੀਕਲ ਅਸਿਸਟੈਂਟ, ਠੀਕ ਹੈ ਜੀ। ਉਸ ਤੋਂ ਬਾਅਦ ਐਡੀਸ਼ਨਲ ਪ੍ਰੋਗਰਾਮ ਆਫਿਸਰ ਦੀ, APO ਦੀ। ਉਸ ਤੋਂ ਬਾਅਦ ਆਉਂਦਾ ਰਿਸੋਰਸ ਪਰਸਨ ਦੀ, ਵਰਕ ਮੈਨੇਜਰ ਦੀ। ਉਸ ਤੋਂ ਬਾਅਦ ਅਕਾਊਂਟ ਮੈਨੇਜਰ, ਗ੍ਰੀਵੀਅੰਸ ਰੀਅਡਰੈਸਲ ਅਸਿਸਟੈਂਟ, ਐਡੀਸ਼ਨਲ ਪ੍ਰੋਗਰਾਮ ਆਫਿਸਰ, ਟੈਕਨੀਕਲ ਅਸਿਸਟੈਂਟ, ਟੈਕਨੀਕਲ ਅਸਿਸਟੈਂਟ ਨਾਲ ਡੇਟਾ ਐਂਟਰੀ ਓਪਰੇਟਰ, ਅਤੇ ਗ੍ਰਾਮ ਰੁਜ਼ਗਾਰ ਸਹਾਇਕ ਦੀਆਂ ਵੇਕੈਂਸੀਜ਼ ਜਿਹੜੀਆਂ ਨੇ ਇਸ ਦੇ ਵਿੱਚ ਰਹਿੰਦੀਆਂ ਨੇ। ਆਪਾਂ ਅਗਰ ਗੱਲ ਕਰੀਏ 2023 ਦੇ ਵਿੱਚ ਇਹ ਵੇਕੈਂਸੀਜ਼ ਜਿਹੜੀਆਂ ਸੀਗੀਆਂ ਉਹ ਆਊਟ ਹੋਈਆਂ ਜੀ। ਇਹਦਾ ਨੋਟੀਫਿਕੇਸ਼ਨ ਦਾ ਲਿੰਕ ਵੀ ਮੈਂ ਤੁਹਾਨੂੰ ਦੇ ਦਾਂਗਾ ਜਿਹੜਾ ਪ੍ਰੀਵੀਅਸ ਹੈ। ਇਹ ਨੋਟੀਫਿਕੇਸ਼ਨ ਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਅਲੱਗ ਅਲੱਗ ਵੇਕੈਂਸੀਜ਼ ਅਲੱਗ ਅਲੱਗ ਲੋਕੇਸ਼ਨ ਦੇ ਲਈ ਰਹਿੰਦੀਆਂ ਨੇ। ਪੰਜਾਬ ਦੇ ਕੈਂਡੀਡੇਟ ਦੀ ਲਈ ਪੰਜਾਬ ਲੋਕੇਸ਼ਨ ਜਿਹੜੀ ਉਹ ਰਹਿੰਦੀ ਹੈ ਜੀ, ਠੀਕ ਹੈ ਜੀ। ਅਲੱਗ ਅਲੱਗ ਹੁੰਦਾ ਹੈ, ਪੰਜਾਬ ਦਾ ਅਲੱਗ ਹੈ, ਠੀਕ ਹੈ ਜੀ, ਔਰ ਬਾਕੀ ਜਿਹੜੀਆਂ ਸਟੇਟਸ ਨੇ ਉਹਨਾਂ ਦਾ ਅਲੱਗ ਰਹੇਗਾ। ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਸੈਲਰੀ ਸਕੇਲ ਦੀ ਤਾਂ ਵਰਕ ਮੈਨੇਜਰ ਦੇ ਲਈ 17,000 ਰਹਿੰਦੀ ਹੈ ਜੀ, ਅਕਾਊਂਟ ਮੈਨੇਜਰ ਦੇ ਲਈ 17,000, ਉਸ ਤੋਂ ਬਾਅਦ ਗ੍ਰੀਵੀਅੰਸ ਰੀਅਡਰੈਸਲ ਅਸਿਸਟੈਂਟ ਦੀ 12,000, ਐਡੀਸ਼ਨਲ ਪ੍ਰੋਗਰਾਮ ਆਫਿਸਰ ਦੀ 20,000, ਟੈਕਨੀਕਲ ਅਸਿਸਟੈਂਟ ਦੀ 17,500, ਕੰਪਿਊਟਰ ਅਸਿਸਟੈਂਟ ਦੀ 12,000, ਡੇਟਾ ਇੰਟਰਪ੍ਰੀਟਰ ਦੀ 12,000, ਗ੍ਰਾਮ ਰੁਜ਼ਗਾਰ ਸਹਾਇਕ ਦੀਆਂ 10,700। ਸਟਾਰਟਿੰਗ ਸੈਲਰੀ ਜਿਹੜੀ ਹੈ ਜੀ ਇਸ ਦੇ ਵਿੱਚ ਰਹਿੰਦੀ ਹੈ। ਉਸ ਦੇ ਵਿੱਚ ਅਲੱਗ ਅਲੱਗ ਨੋਟੀਫਿਕੇਸ਼ਨ ਹੁੰਦੇ ਨੇ, ਮਤਲਬ ਇੱਕ ਨੋਟੀਫਿਕੇਸ਼ਨ 'ਚ ਇਹ ਇੰਨੀਆਂ ਵੇਕੈਂਸੀ ਜਿਹੜੀਆਂ ਨੇ ਤੁਹਾਨੂੰ ਇੱਕ ਨੋਟੀਫਿਕੇਸ਼ਨ 'ਚ ਦੇਖਣ ਨੂੰ ਮਿਲਣਗੀਆਂ, ਠੀਕ ਹੈ ਜੀ। ਔਰ ਜਿੱਦਾਂ ਮੈਂ ਬਾਕੀ ਵੇਕੈਂਸੀਜ਼ ਤੁਹਾਨੂੰ ਦੱਸੀਆਂ ਸੀਗੀਆਂ ਇਸ ਦੇ ਵਿੱਚ ਜਿਹੜੀਆਂ ਕਿ ਇਸ ਦੇ ਵਿੱਚ ਰਿਸੋਰਸ ਪਰਸਨ ਦੀਆਂ ਨੇ, ਉਹ ਜਿਹੜੀਆਂ ਨੇ ਅਲੱਗ ਤੋਂ ਨੋਟੀਫਿਕੇਸ਼ਨ ਰਹਿੰਦਾ ਹੈ। ਪ੍ਰੀਵੀਅਸਲੀ 2023 ਦੇ ਵਿੱਚ 1,000 ਦੇ ਅਪਰੋਕਸ ਵੇਕੈਂਸੀਜ਼ ਰਿਸੋਰਸ ਪਰਸਨ ਦੀਆਂ ਆਈਆਂ ਸੀਗੀਆਂ, ਠੀਕ ਹੈ ਜੀ। ਸੋ ਇਸ ਸਾਲ ਵੀ ਆਉਣਗੀਆਂ, ਇਹ ਹਰ ਸਾਲ ਆਉਂਦੀਆਂ ਨੇ ਵੇਕੈਂਸੀਜ਼ ਜਿਹੜੀਆਂ ਨੇ, ਠੀਕ ਹੈ ਜੀ। ਔਰ ਇਸ ਦੇ ਵਿੱਚ ਅਗਰ ਅਸੀਂ ਨੈਕਸਟ ਗੱਲ ਕਰੀਏ ਤਾਂ ਇਹਦੇ ਲਈ ਆਫਲਾਈਨ ਅਤੇ ਆਨਲਾਈਨ ਦੋਨੋਂ ਹੀ ਨੋਟੀਫਿਕੇਸ਼ਨ ਰਹਿੰਦੇ ਆ। ਜਿੱਦਾਂ ਮੈਂ ਇਸ ਤਰ੍ਹਾਂ ਅਲੱਗ ਅਲੱਗ ਨੋਟੀਫਿਕੇਸ਼ਨ ਹੈ ਤਾਂ ਆਨਲਾਈਨ ਅਤੇ ਆਫਲਾਈਨ ਦੋਨੋਂ ਤਰੀਕੇ ਨਾਲ ਤੁਸੀਂ ਅਪਲਾਈ ਕਰ ਪਾਓਗੇ। ਜਿਸ 'ਚ 10ਵੀਂ ਰਿਸੋਰਸ ਪਰਸਨ ਦੇ ਲਈ 10ਵੀਂ ਵਾਲੇ ਨੇ, ਠੀਕ ਹੈ ਜੀ। 12ਵੀਂ ਵਾਲੀ ਵੀ ਹੁੰਦੀਆਂ ਨੇ, ਗ੍ਰੈਜੂਏਸ਼ਨ, BE, BTECH, MCOM, BCOM, ਡਿਪਲੋਮਾ, BCA, MCA ਅਤੇ BSC। ਇਹ ਸਾਰੀ ਕੁਆਲੀਫਿਕੇਸ਼ਨ ਵਾਲੇ ਕੈਂਡੀਡੇਟਸ ਦੇ ਲਈ ਬਹੁਤ ਵਧੀਆ ਅਪੋਰਚੁਨਿਟੀ ਰਹਿੰਦੀ ਹੈ ਇਸ ਦੇ ਵਿੱਚ। ਜਿਹਨਾਂ ਜਿਹਨਾਂ ਨੇ ਇਹ ਕੁਆਲੀਫਿਕੇਸ਼ਨ ਕੀਤੀ ਹੋਈ ਹੈ ਉਹ ਇਹਨਾਂ ਪੋਸਟਾਂ ਲਈ ਵੀ ਅਪਲਾਈ ਕਰ ਸਕਦੇ ਨੇ। ਮੇਰਾ ਇਹ ਵੀਡੀਓ ਬਣਾਉਣ ਦਾ ਮੋਟਿਵ ਇਹ ਹੈ ਕਿ ਜਿਹੜੇ ਕੈਂਡੀਡੇਟਸ ਪੰਜਾਬ ਪਟਵਾਰੀ, ਠੀਕ ਹੈ ਜੀ, ਪੰਜਾਬ ਪੁਲਿਸ, ਠੀਕ ਹੈ ਜੀ, PPSC ਦੀਆਂ ਪੋਸਟਾਂ, PSSB ਦੇ ਵਿੱਚ ਆਉਣ ਵਾਲੀਆਂ ਅਲੱਗ ਅਲੱਗ ਵੇਕੈਂਸੀਜ਼ ਦੇ ਲਈ ਤਿਆਰੀ ਕਰਦੇ ਨੇ, ਸੋ ਉਹ ਇਹਨਾਂ ਵੇਕੈਂਸੀਜ਼ ਦੇ ਲਈ ਵੀ ਅਪਲਾਈ ਕਰ ਸਕਦੇ ਨੇ, ਕਿਉਂਕਿ ਇਸ ਡਿਪਾਰਟਮੈਂਟ ਵਿੱਚ ਵੀ ਹਾਇਰਿੰਗ ਹੁੰਦੀ ਹੈ। ਸੋ ਇਹ ਸਾਰੀਆਂ ਵੇਕੈਂਸੀਜ਼ ਆਊਟ ਹੁੰਦੀਆਂ ਨੇ, ਸੋ ਤੁਸੀਂ ਇਹਦੇ ਲਈ ਵੀ ਨੋਟੀਫਿਕੇਸ਼ਨ ਲਈ ਵੇਟ ਕਰਨਾ ਹੈ। ਕਦ ਤੱਕ ਆਏਗਾ, ਆਉਣ ਨੂੰ ਚਾਹੇ ਨੈਕਸਟ ਮੰਥ ਹੀ ਆ ਜਾਏ ਜਾਂ ਆਉਣ ਨੂੰ ਇਸੇ ਮੰਥ ਹੀ ਸਟਾਰਟਿੰਗ ਹੋ ਜਾਣ ਨੋਟੀਫਿਕੇਸ਼ਨ ਆਉਣੇ, ਸੋ ਇਹ ਅਲੱਗ ਅਲੱਗ ਨੋਟੀਫਿਕੇਸ਼ਨ ਰਹਿੰਦੇ ਨੇ। ਜਿੱਦਾਂ ਜਿੱਦਾਂ ਆਉਂਦੇ ਰਹਿਣਗੇ ਮੈਂ ਤੁਹਾਨੂੰ ਦੱਸਦਾ ਰਹਾਂਗਾ। ਮੇਰਾ ਮੋਟਿਵ ਇਹ ਸੀਗਾ ਕਿ ਤੁਹਾਨੂੰ ਇਸ ਬਾਰੇ ਇਨਫੋਰਮੇਸ਼ਨ ਜਿਹੜੀ ਉਹ ਪਤਾ ਹੋਵੇ ਕਿ ਇਹ ਵੇਕੈਂਸੀਜ਼ ਜਿਹੜੀਆਂ ਨੇ ਇਹ ਸਾਰੀਆਂ ਜਿਹੜੀਆਂ ਤੁਹਾਨੂੰ ਮੈਂ ਵੇਕੈਂਸੀਜ਼ ਦਿਖਾਈਆਂ ਨੇ ਇਹ ਵਾਲੀਆਂ, ਠੀਕ ਹੈ ਜੀ। ਇਹ ਸਾਰੀਆਂ ਵੇਕੈਂਸੀਜ਼ ਇਸ ਮਗਰੇਗਾ ਦੇ ਅੰਡਰ ਆਊਟ ਹੁੰਦੀਆਂ ਨੇ ਔਰ ਤੁਸੀਂ ਇਹਨਾਂ ਲਈ ਅਪਲਾਈ ਕਰ ਪਾਉਂਦੇ ਹੋ, ਠੀਕ ਹੈ ਜੀ। ਸੋ ਇਹ ਐਲੀਜੀਬਿਲਿਟੀ ਹੁੰਦੀ ਹੈ। ਬਾਕੀ ਮੈਂ ਪ੍ਰੀਵੀਅਸ ਈਅਰ ਦੇ ਨੋਟੀਫਿਕੇਸ਼ਨ ਪਲੱਸ ਇਸੇ ਦੇ ਨਾਲ ਸਟੱਡੀ ਮਟੀਰੀਅਲ ਅਤੇ ਨਾਲ ਦੀ ਨਾਲ ਤੁਹਾਨੂੰ ਐਗਜ਼ਾਮ ਦੀ ਤਿਆਰੀ ਦੇ ਲਈ ਵੀ ਜਿਹੜੇ ਲਿੰਕ ਨੇ ਉਹ ਪ੍ਰੋਵਾਈਡ ਕਰਵਾ ਦਾਂਗੇ ਡਿਸਕ੍ਰਿਪਸ਼ਨ 'ਚ, ਤੁਸੀਂ ਚੈੱਕ ਕਰ ਪਾਓਗੇ। ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੁੰਦਾ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਤੁਸੀਂ ਮੈਨੂੰ ਦੱਸ ਸਕਦੇ ਹੋ ਜੀ। ਮੈਂ ਤੁਹਾਡੇ ਲਈ ਹਰ ਵਾਰ ਦੀ ਤਰ੍ਹਾਂ ਲੇਟੈਸਟ ਜਿੰਨੀਆਂ ਵੀ ਵੇਕੈਂਸੀਜ਼ ਹੁੰਦੀਆਂ ਨੇ ਉਹ ਲੈ ਕੇ ਆਉਂਦਾ ਹੀ ਰਹਿਣਾ ਹੈ। ਸੋ ਫਿਰ ਵੀ ਤੁਹਾਨੂੰ ਕੋਈ ਡਾਊਟ ਹੁੰਦਾ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ, ਮੈਂ ਇਸੇ ਤਰ੍ਹਾਂ ਨੋਟੀਫਿਕੇਸ਼ਨ ਲੈ ਕੇ ਆਉਂਦਾ ਰਹਾਂਗਾ। ਅਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਜੀ ਨਵੇਂ ਨੋਟੀਫਿਕੇਸ਼ਨ ਦੇ ਨਾਲ।